कैनेडा विच इमीग्रेशन मंत्री ने जो अज ऐलान किए ने इसकी गाज इंटरनेशनल विद्यार्थियों ते तां डिगी है, पर इमीग्रेशन मंत्री वालों जो बार बार अज फ्रॉड ते लगाम कसण दे लई ऐलान किए गए ने यह दावा किया जा रहा सी, ओ कुछ सवालों के घेरे विच है। कैनेडा दे इमीग्रेशन मंत्री ने कह दिता कि बस बहुत हो गया अजिहा कहण दे नाल कि इंटरनेशनल विद्यार्थियों के लिए जी आई सी $10,000 तो वधा के $20,635 कर दी गई है। इंटरनेशनल विद्यार्थियों के लिए पिछले 2 साल तो 18 महीने लिए वर्क परमिट दे विच दित्ती जाण वाली एक्सटेंशन नूं हुण अगे लई रोक दिता गया है, ते जिन्हां विद्यार्थियों नूं फुल टाइम काम करन दी इजाजत मिली हुई है ਉਹ April 2024 ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਵਾਸਤੇ ਕੈਨੇਡਾ ਭਰ ਦੇ ਸੂਬਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉੱਥੋਂ ਦੇ ਕਾਲਜਾਂ ਅਤੇ ਯੂਨੀਵਰਸਿਟੀਜ਼ ਨੇ ਜੇਕਰ ਵਿਦਿਆਰਥੀਆਂ ਨੂੰ ਬਣਦਾ ਸਹਿਯੋਗ ਨਹੀਂ ਦਿੱਤਾ ਤਾਂ ਉੱਥੇ ਵਾਸਤੇ ਵੀਜ਼ਾਸ ਨੂੰ ਸੀਮਤ ਕਰ ਦਿੱਤਾ ਜਾਵੇਗਾ, ਯਾਨੀ ਕਿ ਸਟੱਡੀ ਪਰਮਿਟ ਦੇਣੇ ਘਟਾ ਦਿੱਤੇ ਜਾਣਗੇ। ਪਰ ਇਸ ਦੇ ਬਾਰੇ ਫਿਲਹਾਲ ਇਸ ਸਮੇਂ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ, ਜਿਸ ਸੰਬੰਧੀ ਉਹਨਾਂ ਨੇ ਕਿਹਾ ਕਿ ਹੋਰ ਜ਼ਿਆਦਾ ਗੱਲਬਾਤ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਅਜਿਹਾ ਕੋਈ ਵੱਡਾ ਕਦਮ ਚੁੱਕਿਆ ਜਾਵੇਗਾ। ਜੀ ਆਈ ਸੀ ਵੀ ਵਧਾਈ ਗਈ ਹੈ, ਉਸਨੂੰ ਵੀ ਇੱਕ ਸਖਤੀ ਵਜੋਂ ਦੇਖਿਆ ਜਾ ਰਿਹਾ ਕਿ ਖਰਚਾ ਵੱਧ ਜਾਣ ਦੇ ਕਰਕੇ ਹੋ ਸਕਦਾ ਵਿਦਿਆਰਥੀ ਕੈਨੇਡਾ ਦਾ ਵੀਜ਼ਾ ਅਪਲਾਈ ਕਰਦੇ ਨੇ ਜੋ ਇੰਨੀ ਰਕਮ ਇਕੱਠੀ ਨਹੀਂ ਜਮ੍ਹਾਂ ਕਰ ਸਕਣਗੇ ਕਿ ਉਹ ਸਟੱਡੀ ਪਰਮਿਟ ਨਹੀਂ ਲਾਉਣਗੇ। ਕੁਝ ਜਿਵੇਂ ਹੁਣ ਪੜ੍ਹਾਈ ਤੋਂ ਬਾਅਦ ਜੋ ਵਿਦਿਆਰਥੀ ਕੈਨੇਡਾ ਦੇ ਵਿੱਚ ਰਹਿ ਕੇ ਹੀ ਪੱਕੇ ਹੋਣਾ ਚਾਹੁੰਦੇ ਨੇ, ਉਹਨਾਂ ਵਾਸਤੇ ਇਸ ਸਮੇਂ ਕਾਫੀ ਮੁਸ਼ਕਲ ਹੋ ਰਿਹਾ ਹੈ। ਤਾਂ ਵਰਕ ਪਰਮਿਟ ਦੀ ਐਕਸਟੈਂਸ਼ਨ ਵੀ ਜਦੋਂ ਨਹੀਂ ਮਿਲੇਗੀ ਤਾਂ ਜਿਨ੍ਹਾਂ ਦੇ ਪਰਮਿਟ ਮੁੱਕ ਰਹੇ ਨੇ ਉਹਨਾਂ ਨੂੰ ਮਜਬੂਰੀ ਦੇ ਵਿੱਚ LMIA ਲੈਣੀਆਂ ਪੈਣਗੀਆਂ, ਤੇ ਵਿਦਿਆਰਥੀਆਂ ਦੇ ਲਈ ਇਹ ਹੋਰ ਵੱਡੀ ਮੁਸ਼ਕਲ ਖੜੀ ਹੋ ਗਈ ਹੈ। ਜੋ GIC ਦੁੱਗਣੀ ਕੀਤੀ ਗਈ ਹੈ ਇਹ ਉਹਨਾਂ ਦੇ ਲਈ ਲਾਗੂ ਹੋ ਰਹੀ ਹੈ ਜੋ January 1, 2024 ਨੂੰ ਜਾਂ ਇਸ ਤੋਂ ਬਾਅਦ ਸਟੱਡੀ ਪਰਮਿਟ ਅਪਲਾਈ ਕਰਦੇ ਨੇ, ਜਿਸ ਦੇ ਪਿੱਛੇ ਕਾਰਨ ਇਹੋ ਹੈ ਕਿ ਜਦੋਂ ਕੈਨੇਡਾ ਵਿੱਚ ਵਿਦਿਆਰਥੀ ਪੜ੍ਹਨ ਦੇ ਲਈ ਆਉਣ ਤਾਂ ਇੱਥੇ ਰਹਿਣ ਅਤੇ ਹੋਰ ਖਰਚੇ ਦੇ ਲਈ ਉਹਨਾਂ ਦੇ ਕੋਲ ਜੋ ਰਕਮ ਮੌਜੂਦ ਹੋਵੇ, ਅਤੇ ਸਿਰਫ ਇਹੀ ਨਹੀਂ ਸਗੋਂ ਹਰ ਸਾਲ ਇਸ ਵਿੱਚ ਤਬਦੀਲੀ ਵੀ ਹੋ ਸਕਦੀ ਹੈ ਜੋ ਇਮੀਗ੍ਰੇਸ਼ਨ ਪ੍ਰੋਗਰਾਮਸ ਦੀ ਤਰ੍ਹਾਂ ਹੋਵੇਗੀ। ਇਮੀਗ੍ਰੇਸ਼ਨ ਮੰਤਰੀ ਨੇ ਇਸ ਦੇ ਬਾਰੇ ਦਾਅਵਾ ਕੀਤਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਪੋਸਟ ਸੈਕੰਡਰੀ ਸਿੱਖਿਆ ਦੇਣ ਵਾਲੇ ਇੰਸਟੀਟਿਊਸ਼ਨਸ ਦੇ ਉੱਤੇ ਲਗਾਮ ਕਸਣ ਦੇ ਲਈ ਇਹ ਐਲਾਨ ਕਰ ਰਹੇ ਨੇ, ਜਿਨ੍ਹਾਂ ਦੀ ਪੱਪੀ ਮਿਲਸ ਦੇ ਨਾਲ ਮੰਤਰੀ ਨੇ ਤੁਲਨਾ ਕੀਤੀ, ਜਿਨ੍ਹਾਂ ਕਿਹਾ ਕਿ ਫਰੌਡ ਬੰਦ ਹੋਣਾ ਚਾਹੀਦਾ ਵਿਦਿਆਰਥੀਆਂ ਦੇ ਨਾਲ, ਜਿਸ ਕਰਕੇ ਉਹ ਇਹ ਕਦਮ ਚੁੱਕ ਰਹੇ ਨੇ। ਸਟੱਡੀ ਪਰਮਿਟ ਵਾਲਿਆਂ ਦੀ ਗਿਣਤੀ ਇਸ ਸਮੇਂ 9 ਲੱਖ ਤੋਂ ਪਾਰ ਹੋ ਗਈ ਹੈ ਕੈਨੇਡਾ ਵਿੱਚ। ਇੰਟਰਨੈਸ਼ਨਲ ਵਿਦਿਆਰਥੀ ਕੈਨੇਡਾ ਦੀ ਆਰਥਿਕਤਾ ਵਿੱਚ $22 ਅਰਬ ਤੋਂ ਵੱਧ ਦਾ ਹਿੱਸਾ ਪਾ ਰਹੇ ਨੇ, ਜੋ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਨੇ ਐਲਾਨ ਕੀਤਾ ਸੀ। ਇੰਟਰਨੈਸ਼ਨਲ ਵਿਦਿਆਰਥੀਆਂ ਦੇ ਲਈ ਨਵੇਂ ਫਾਰਮ ਲਾਂਚ ਕੀਤੇ ਗਏ ਕਿ ਆਫਰ ਲੈਟਰ ਦੀ ਪੁਸ਼ਟੀ ਵੀ ਹੋ ਸਕੇ, ਪਰ ਜਿਵੇਂ ਅੱਜ ਇਮੀਗ੍ਰੇਸ਼ਨ ਮੰਤਰੀ ਬਾਰ ਬਾਰ ਕਹਿ ਰਹੇ ਸਨ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਫਾਇਦੇ ਅਤੇ ਕਾਲਜਾਂ ਦੀ ਧੋਖਾਧੜੀ ਨੂੰ ਰੋਕਣ ਦੇ ਲਈ ਅੱਜ ਦੇ ਐਲਾਨ ਕੀਤੇ ਗਏ ਨੇ, ਪਰ ਜੇਕਰ ਦੇਖਿਆ ਜਾਵੇ ਅੱਜ ਦੇ ਐਲਾਨਾਂ ਦੇ ਨਾਲ ਇੰਟਰਨੈਸ਼ਨਲ ਵਿਦਿਆਰਥੀਆਂ ਤੋਂ ਇਲਾਵਾ ਕਿਸੇ ਹੋਰ ਦੇ ਉੱਤੇ ਕੀ ਅਸਰ ਪਵੇਗਾ ਇਹ ਘੱਟ ਸਮਝ ਵਿੱਚ ਆ ਰਿਹਾ ਹੈ।